ਜੀ ਇਹ ਨੁਸਖਾ ਹੈਗਾ ਜਿਹੜਾ ਇੱਥੇ ਰੱਖਿਆ ਹੋਇਆ, ਇਹ ਬਚਾ ਕਿਵੇਂ ਕਰੇਗਾ? ਤੁਸੀਂ ਕਹੋਗੇ, ਤੁਸੀਂ ਕਹਿ ਰਹੇ ਸੀ ਵੀ ਫਰੂਕੀ ਜੀ ਤਾਂ ਸ਼ਿਮਲਾ ਬਣਾ ਦੇਗਾ ਸਰੀਰ ਨੂੰ ਤਪਦੀ ਗਰਮੀ ਚ। ਜਿੰਨਾ ਬੰਦੇ ਦੇ ਅੰਦਰ ਤੇਜ਼ਾਬ ਬਣਦਾ, ਮੇਦੇ 'ਚ ਗਰਮੀ ਹੈ, ਸਵੇਰੇ ਉੱਠ ਕੇ ਖੱਟੇ ਡਕਾਰ ਆਉਂਦੇ ਆ, ਜਾਂ ਉਲਟੀਆਂ ਟੱਟੀਆਂ ਹਟਦੀਆਂ ਨਹੀਂ ਜਿਹਦੀਆਂ, ਜਾਂ ਉਲਟੀਆਂ ਉਹਨੂੰ ਮਨ ਕਰੀ ਜਾਂਦਾ, ਅੰਦਰੇ ਵੀ ਅੰਦਰੇ ਗਲੇ 'ਚ ਘੁੰਮੀ ਜਾਂਦੀ ਹੈ ਜ਼ਹਿਰ, ਤੇਜ਼ਾਬ ਵਾਲਿਆਂ ਵਾਸਤੇ, ਉਲਟੀਆਂ ਟੱਟੀਆਂ ਵਾਲਿਆਂ ਵਾਸਤੇ ਇਹ ਨੁਸਖਾ, ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਅੰਮ੍ਰਿਤ ਦੇ ਸਮਾਨ ਹੈ, ਵਰਦਾਨ ਹੈ। ਬਹੁਤ ਸਾਰੇ ਲੋਕਾਂ ਦੇ ਪਸੀਨੇ ਦੇ ਵਿੱਚੋਂ ਬੜੀ ਬਦਬੂ ਆਉਂਦੀ ਹੈ ਜੀ, ਮਤਲਬ ਉਹ ਡੇਲੀ ਨਹਾਉਂਦੇ ਨੇ, ਚੰਗਾ ਡਿਓਡਰੈਂਟ ਵੀ ਲਾਉਂਦੇ ਨੇ, ਸਾਬਣ ਵੀ ਚੰਗਾ ਲਾਉਂਦੇ ਨੇ। ਆਇਲ ਜ਼ਿਆਦਾ ਵੱਧਦਾ ਜਿਹਨੂੰ ਤੇਜ਼ਾਬ, ਦੇਸ਼ੀ ਭਾਸ਼ਾ ਦੇ ਵਿੱਚ ਕਹਿ ਲਓ ਵੀ ਤੇਜ਼ਾਬ ਬਹੁਤ ਵੱਧਦਾ ਹੈ, ਤੁਸੀਂ ਇਹ ਕਹਿ ਲਓ ਵੀ ਤੁਸੀਂ ਇਹ ਲਗਭਗ 15 ਦਿਨ ਪੀ ਕੇ ਦੇਖ ਲਓ, ਤੁਹਾਡੇ ਪਸੀਨੇ 'ਚੋਂ ਵੀ ਖੁਸ਼ਬੂ ਆਉਣ ਲੱਗ ਜੂਗੀ। ਇਹ ਜਿਹੜੀ ਕਾਲੀ ਕਾਲੀ ਐਟਮ ਹੈਗੀ ਹੈ, ਕਾਲੀ ਕਾਲੀ ਨੁਸਖਾ ਹੈਗਾ, ਇਹ ਗਰਮ ਗਰਮ ਧੁੱਪ ਤੋਂ ਤੁਹਾਡਾ ਬਚਾ ਕਰੇਗਾ। ਤਾਪਮਾਨ ਹੈਗਾ 40-45, ਚਲੋ ਤਾਪਮਾਨ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਦਸਤ ਟੱਟੀਆਂ ਉਲਟੀਆਂ ਨੂੰ ਰੋਕ ਸਕਦੇ ਹਾਂ ਜੀ? ਅਸੀਂ ਬਿਲਕੁਲ ਰੋਕ ਸਕਦੇ ਹਾਂ ਜੀ, ਉਲਟੀਆਂ ਉੱਪਰਲੀ ਸਾਈਡ ਨੂੰ ਅਤੇ ਦਸਤ ਨੀਚੇ ਦੀ ਸਾਈਡ ਨੂੰ, ਜਿਹੜੇ ਸਾਡੇ ਸਾਨੂੰ ਪਰੇਸ਼ਾਨ ਕਰਦੇ ਨੇ, ਸਾਡੇ ਅੰਦਰ ਦਾ ਜਿਹੜਾ ਅੰਤੜੀ ਦਾ ਪਾਣੀ ਵੀ, ਤੁਸੀਂ ਆਮ ਸੁਣਿਆ ਹੋਊਗਾ ਵੀ ਫਲਾਣੇ ਬੰਦੇ ਦਾ ਪਾਣੀ ਮੁੱਕ ਗਿਆ ਜਾਂ ਫਲਾਣੇ ਬੰਦੇ ਦੀ ਮੌਤ ਹੋ ਗਈ ਪਾਣੀ ਮੁੱਕਣ ਦੇ ਨਾਲ, ਪਰ ਗਰਮੀ ਪੈਣੀ ਵੀ ਜ਼ਰੂਰੀ ਆ, ਗਰਮੀ ਸਰਦੀ ਇੱਕ ਕੁਦਰਤ ਦਾ ਨਿਯਮ ਹੈ, ਪਰ ਇਸ ਤੋਂ ਬਚਣ ਲਈ ਤੁਸੀਂ ਕੀ ਕਰਨਾ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਜੀ। ਬਿਲਕੁਲ, ਬਹੁਤ ਜ਼ਿਆਦਾ ਫੋਨ ਆਏ ਕਿ ਸਾਡੇ ਬੱਚੇ ਨੇ ਬਿਲਕੁਲ ਕੁਛ ਖਾਧਾ ਵੀ ਨਹੀਂ, ਪੀਤਾ ਵੀ ਨਹੀਂ, ਫਿਰ ਵੀ ਉਹ ਖੂਨੀ ਮਰੋੜੇ ਜਾਂਦਾ, ਉਹਦੇ ਪਖਾਨੇ ਦੇ ਵਿੱਚੋਂ ਖੂਨ ਆਈ ਜਾ ਰਿਹਾ, ਬੱਚਿਆਂ ਨੂੰ ਵੀ ਹੋ ਜਾਂਦਾ ਜੀ। ਜਿਹੜੇ ਪੁਰਾਣੇ ਤੋਂ ਪੁਰਾਣੇ ਲੈਣੇ ਆ, ਇਹ ਤੁਸੀਂ ਇਹ ਦੇਖ ਕੇ ਨਹੀਂ ਕਰਨਾ ਵੀ ਹਾਂ ਇਹ ਦੇਖਣ ਨੂੰ ਚੰਗੇ ਨਹੀਂ ਲੱਗਦੇ, ਦੇਖਣ ਨੂੰ ਸੋਹਣੇ ਨਹੀਂ ਲੱਗਦੇ। ਉਸ ਤੋਂ ਬਾਅਦ ਜਿਹੜਾ ਸਭ ਤੋਂ ਤਕੜੀ ਚੀਜ਼ ਹੈ, ਜਿਹੜੀ ਤੁਹਾਡੀ ਅੰਤੜੀ ਦੇ ਵਿੱਚ ਤੁਹਾਡਾ ਮਲ ਵਾਰ ਵਾਰ ਤੁਹਾਨੂੰ ਜਾਣਾ ਪੈਂਦਾ, ਉਹਨੇ ਰੋਕਣਾ, ਇਹ ਤੁਸੀਂ ਲੈ ਲੈਣਾ, ਤੁਸੀਂ ਹੁਣ ਕੇ ਪੀ ਲੈਣਾ, ਤਾਂ ਲਗਭਗ ਤੁਸੀਂ ਕਹਿ ਲਓ ਵੀ ਜਿੰਨੀ ਮਰਜ਼ੀ ਧੁੱਪ ਦੇ ਵਿੱਚ, ਚਾਹੇ 45 ਦੇ ਬਜਾਏ 50 ਹੋ ਜਾਵੇ, ਤੁਹਾਨੂੰ ਲੂ ਨਹੀਂ ਲੱਗੂਗੀ, ਨਾ ਤੁਹਾਨੂੰ ਟੱਟੀਆਂ ਉਲਟੀਆਂ ਦੀ ਜਿਹੜੀ ਸਮੱਸਿਆ ਆਊਗੀ। ਜਿਹਨੂੰ ਕਬਜ਼ ਜ਼ਿਆਦਾ ਰਹਿੰਦੀ ਹੈ, ਜਾਂ ਜਿਹਨੂੰ ਤੁਸੀਂ ਇਹ ਕਹਿ ਲਓ ਵੀ ਲੈਟਰੀਨਾਂ ਵਾਰ ਵਾਰ ਲੱਗੀਆਂ, ਇਹਨੇ ਦੋਵੇਂ ਪਾਸੇ ਨੂੰ ਕੰਮ ਕਰਨਾ, ਇੰਨੀ ਕਮਾਲ ਦੀ ਚੀਜ਼ ਹੈ, ਜਾਂ ਜਿਹਨਾਂ ਦੇ ਗਲੇ 'ਚ ਤੁਸੀਂ ਆਮ ਦੇਖਿਆ ਵੀ ਬਹੁਤ ਜ਼ਹਿਰ ਜੀ ਚੜ੍ਹਦੀ ਰਹਿੰਦੀ ਹੈ, ਜਾਂ ਜਿਹਨਾਂ ਦੇ ਮੂੰਹ 'ਚੋਂ ਬਦਬੂ ਬਹੁਤ ਆਉਂਦੀ ਰਹਿੰਦੀ ਹੈ, ਖੱਟੇ ਡਕਾਰ ਬਹੁਤ ਆਉਂਦੇ ਨੇ, ਐਂਟੀਬਾਇਓਟਿਕ ਨਾਲ ਵੀ ਤੁਹਾਨੂੰ 5-6 ਘੰਟੇ ਜਿਹੜਾ ਵੇਟ ਕਰਨਾ ਪੈਂਦਾ, ਤਾਂ ਸਿਰਫ ਇੱਕ ਡੋਜ਼ ਦੇ ਨਾਲ ਤੁਸੀਂ ਇਹ ਕਹਿ ਲਓ ਵੀ 1/2 ਘੰਟੇ ਦੇ ਵਿੱਚ ਤੁਹਾਨੂੰ ਆਰਾਮ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਜੀ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈਗਾ ਉਹ 45 ਅਤੇ ਕਈ ਵਾਰ 45 ਤੋਂ ਪਲੱਸ ਚੱਲ ਰਿਹਾ। ਅਜਿਹੇ ਦੇ ਵਿੱਚ ਚਾਹੇ ਬੱਚੇ ਹੋਣ, ਚਾਹੇ ਬਜ਼ੁਰਗ ਹੋਣ, ਚਾਹੇ ਜਵਾਨ ਹੋਣ, ਉਹਨਾਂ ਨੂੰ ਟੱਟੀਆਂ ਉਲਟੀਆਂ ਦੀਆਂ ਜਿਹੜੀ ਦਿੱਕਤ ਹੈਗੀ ਆ ਉਹ ਵੱਡੀ ਪੱਧਰ 'ਤੇ ਆ ਰਹੀ ਹੈ। ਲੂਣ ਲੱਗਣ ਦੀਆਂ ਖਬਰਾਂ ਕਰਕੇ ਮੌਤਾਂ ਦੀ ਗਿਣਤੀ ਵੀ ਹੈ ਜਿਹੜੀ ਉਹ ਲਗਾਤਾਰ ਸਾਡੇ ਮੁਲਕ ਦੇ ਵਿੱਚ ਵੱਧ ਰਹੀ ਹੈ। ਅਜਿਹੇ ਦੇ ਵਿੱਚ ਹਸਪਤਾਲਾਂ ਦੇ ਹਸਪਤਾਲ ਜਿਹੜੇ ਉਹ ਅਸੀਂ ਕਹਿ ਲਈਏ ਕਿ ਪੂਰੇ ਖਚਾ ਖਚ ਭਰੇ ਹੋਏ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਨੂੰ, ਦਸਤ ਵਾਲਿਆਂ ਨੂੰ, ਉਲਟੀਆਂ ਵਾਲਿਆਂ ਨੂੰ ਥਾਵਾਂ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਅਜਿਹੇ ਦੇ ਵਿੱਚ ਜਦੋਂ ਅਸੀਂ ਇਹ ਸਾਰਾ ਮਾਮਲਾ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਜਗਰੂਪ ਸਿੰਘ ਭੰਗੂ ਹੋਰਾਂ ਨਾਲ ਵਿਚਾਰਿਆ, ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲ ਹੀ ਕੁਝ ਨਹੀਂ ਹੈ,
ਲੂਣ ਤੋਂ ਬਚਣਾ, ਲੂਣ ਲੱਗਣ ਤੋਂ ਬਚਣਾ, ਗਰਮੀਆਂ ਤੋਂ ਬਚਣਾ, ਡੀਹਾਈਡਰੇਸ਼ਨ ਤੋਂ ਬਚਣਾ, ਈਵਨ ਕਿ ਸ਼ਾਹਰੁਖ ਖਾਨ ਨੂੰ ਵੀ ਡੀਹਾਈਡਰੇਸ਼ਨ ਹੋ ਕੇ ਉਹ ਹਸਪਤਾਲ ਭਰਤੀ ਹੋਏ ਨੇ। ਕੀ ਅਸੀਂ ਗਰਮੀ ਤੋਂ ਬਚ ਸਕਦੇ ਹਾਂ, ਲੂ ਤੋਂ ਬਚਿਆ ਜਾ ਸਕਦਾ? ਜੇਕਰ ਲੂਣ ਲੱਗ ਵੀ ਗਈ ਹੈ ਤਾਂ ਉਹਦਾ ਅਸੀਂ ਘਰੇਲੂ ਇਲਾਜ, ਘਰੇਲੂ ਟੋਟਕਾ ਕਿਹੜਾ ਇਸਤੇਮਾਲ ਕਰ ਸਕਦੇ ਹਾਂ? ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਵੈਦ ਜਗਰੂਪ ਸਿੰਘ ਭੰਗੂ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ 'ਤੇ। ਜੀ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ। ਅੱਛਾ ਵੈਦ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤਾਪਮਾਨ ਹੈਗਾ 40-45, ਚਲੋ ਤਾਪਮਾਨ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਦਸਤ ਟੱਟੀਆਂ ਉਲਟੀਆਂ ਨੂੰ ਰੋਕ ਸਕਦੇ ਹਾਂ ਜੀ ਅਸੀਂ? ਬਿਲਕੁਲ ਰੋਕ ਸਕਦੇ ਹਾਂ ਜੀ, ਕਿਉਂਕਿ ਇਹਦਾ ਬਹੁਤ ਸੌਖਾ ਹੈ ਰੋਕਣਾ। ਤੁਸੀਂ ਇਹਨਾਂ ਦਿਨਾਂ 'ਚ ਦੇਖੋ ਕੀ ਹੁੰਦਾ, ਇਹ ਇੱਕ ਤਰ੍ਹਾਂ ਦਾ ਕੱਚਾ ਜਿਹਾ ਮੌਸਮ ਚੱਲ ਰਿਹਾ। ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਜੀ, ਜਿਹੜੀ ਸਾਡੀ ਜਠਰ ਅਗਨੀ ਹੈ, ਜਿਹੜੀ ਸਾਡੀ ਪਾਚਨ ਅਗਨੀ ਹੈ, ਉਹ ਬਿਲਕੁਲ ਮੰਦ ਪੈ ਜਾਂਦੀ ਹੈ, ਉਹ ਠੰਡੀ ਪੈ ਜਾਂਦੀ ਹੈ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਫਿਰ ਵੀ ਖਾਣਾ ਜਿਹੜਾ ਦੱਬ ਦੱਬ ਕੇ ਜਾਂ ਬਾਹਰਲੇ ਤਲੇ ਹੋਏ ਪਦਾਰਥ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਹਾਂ, ਤਾਂ ਉਹ ਜਿਹੜਾ ਸਾਡਾ ਮੈਦਾ ਉਹਨੂੰ ਪਚਾ ਨਹੀਂ ਪਾਉਂਦਾ। ਨਾ ਪਚਾਉਣ ਦੇ ਕਾਰਨ ਸਾਨੂੰ ਉਲਟੀਆਂ ਉੱਪਰਲੀ ਸਾਈਡ ਨੂੰ ਅਤੇ ਦਸਤ ਨੀਚੇ ਦੀ ਸਾਈਡ ਨੂੰ ਜਿਹੜੇ ਸਾਡੇ ਸਾਨੂੰ ਪਰੇਸ਼ਾਨ ਕਰਦੇ ਨੇ। ਸਾਡੇ ਅੰਦਰ ਦਾ ਜਿਹੜਾ ਅੰਤੜੀ ਦਾ ਪਾਣੀ ਵੀ, ਤੁਸੀਂ ਆਮ ਸੁਣਿਆ ਹੋਊਗਾ ਵੀ ਫਲਾਣੇ ਬੰਦੇ ਦਾ ਪਾਣੀ ਮੁੱਕ ਗਿਆ ਜਾਂ ਫਲਾਣੇ ਬੰਦੇ ਦੀ ਮੌਤ ਹੋ ਗਈ ਪਾਣੀ ਮੁੱਕਣ ਦੇ ਨਾਲ। ਗੱਲ ਕਹਾਣੀ ਬਿਲਕੁਲ ਛੋਟੀ ਜਿਹੀ ਆ, ਪਰ ਕਈ ਵਾਰੀ ਇਹ ਬਹੁਤ ਗੰਭੀਰ ਜਿਹੜਾ ਰੂਪ ਹੈ ਸਾਡੇ ਸਰੀਰ ਦੇ ਉੱਤੇ ਧਾਰਨ ਕਰ ਲੈਂਦੀ ਹੈ। ਗਰਮੀ ਹੈ, ਪਰ ਗਰਮੀ ਪੈਣੀ ਵੀ ਜ਼ਰੂਰੀ ਆ। ਗਰਮੀ ਸਰਦੀ ਇੱਕ ਕੁਦਰਤ ਦਾ ਨਿਯਮ ਹੈ, ਪਰ ਇਸ ਤੋਂ ਬਚਣ ਲਈ ਤੁਸੀਂ ਕੀ ਕਰਨਾ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਜੀ। ਅੱਛਾ, ਇੱਕ ਗੱਲ ਇਸ ਤੋਂ ਪਹਿਲਾਂ ਕਿ ਇਹ ਤੁਸੀਂ ਦੇਖੋ, ਇਹ ਪਤਾ ਨਹੀਂ ਅੱਜ ਕੀ ਨੁਸਖਾ ਹੈਗਾ, ਬੜੇ ਕਾਲੇ ਕਾਲੇ ਜਿਹੇ ਚੀਜ਼ਾਂ ਇੱਥੇ ਰੱਖੀਆਂ ਨੇ, ਔਰ ਮੈਂ ਪੁੱਛਿਆ ਵੀ ਇਹ, ਕਹਿੰਦੇ ਸੀ ਔਨਲਾਈਨ ਹੀ ਤੁਹਾਨੂੰ ਅਸੀਂ ਦੱਸਾਂਗੇ ਕਿ ਕੀ ਚੀਜ਼ ਹੈਗੀ ਹੈ। ਇਹ ਜਿਹੜੀ ਕਾਲੀ ਕਾਲੀ ਐਟਮ ਹੈਗੀ ਹੈ, ਕਾਲੀ ਕਾਲੀ ਨੁਸਖਾ ਹੈਗਾ, ਇਹ ਗਰਮ ਗਰਮ ਧੁੱਪ ਤੋਂ ਤੁਹਾਡਾ ਬਚਾਅ ਕਰੇਗਾ। ਅਤੇ ਇਹ ਇਹਦੀ ਜਿਹੜੀ ਡਾਕਟਰ ਸਾਹਿਬ ਨੇ ਸਿਰਫ ਇੰਨੀ ਦੱਸਿਆ ਵੀ ਇਹ ਬਹੁਤ ਠੰਡੀ ਆਈਟਮ ਹੈਗੀ ਹੈ, ਅਤੇ ਇਹ ਠੰਡੀ ਆਈਟਮ ਤੁਹਾਡੇ ਜਿਹੜੇ ਜਿਗਰ ਨੂੰ, ਤੁਹਾਡੇ ਸਰੀਰ ਨੂੰ, ਤੁਹਾਡੇ ਦਿਮਾਗ ਨੂੰ ਇਸ ਤਰ੍ਹਾਂ ਦਾ ਠੰਡਾ ਫੀਲ ਕਰਾਏਗੀ, ਤੁਹਾਨੂੰ ਲੱਗੇਗਾ ਕਿ ਜਿਵੇਂ ਅਸੀਂ ਘਰ ਦੇ ਵਿੱਚ ਇਹ ਨੁਸਖਾ ਲੈਣ ਤੋਂ ਬਾਅਦ ਸ਼ਿਮਲੇ ਪਹੁੰਚ ਗਏ ਹੋਈਏ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਬੜਾ ਅਹਿਮ ਮਸਲਾ ਹੈਗਾ, ਇਹ ਜਿਹੜੀ ਫਿਰ ਦਸਤ ਹੈਗੇ ਨੇ, ਦਸਤ ਕਿਉਂ ਲੱਗ ਜਾਂਦੇ ਨੇ ਜੀ? ਦਸਤ ਦੇਖੋ ਜੀ, ਜਦੋਂ ਤੁਹਾਡੀ ਆਂਤੜੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਕਹਿ ਲਓ, ਅੱਜ ਦੀ ਭਾਸ਼ਾ ਦੇ ਵਿੱਚ ਇਨਫੈਕਸ਼ਨ ਕਹਿ ਲਓ, ਜਾਂ ਤੁਹਾਡੀ ਆਂਤੜੀ ਦੇ ਵਿੱਚ ਗਰਮੀ ਜ਼ਿਆਦਾ ਪੈ ਗਈ, ਉਹਦੇ ਨਾਲ ਉਹ ਇੱਕ ਤਰ੍ਹਾਂ ਦੀ ਲੂਜ਼ ਹੋਣੀ ਹੈ, ਜਿਹੜਾ ਤੁਹਾਡੇ ਆਪਣੇ ਖਾਣੇ ਨੂੰ ਜਿਹੜਾ ਹੈਗਾ ਉਹ ਗ੍ਰਿਪ ਨਹੀਂ ਬਣਾ ਕੇ ਰੱਖ ਸਕਦੀ, ਉਹਦੇ 'ਚ ਇਨਫੈਕਸ਼ਨ ਇੰਨੀ ਹੋ ਗਈ, ਉਹਦੇ ਵਿੱਚ ਇੱਕ ਤਰ੍ਹਾਂ ਦਾ ਅੱਜ ਕੱਲ੍ਹ ਤੁਸੀਂ ਕਹਿ ਲਓ ਵੀ ਛਾਲੇ ਟਾਈਪ, ਜਿਹਨੂੰ ਅਲਸਰ ਟਾਈਪ ਕਹਿ ਦਿੰਦੇ ਹੋ, ਗਰਮੀ ਨਾਲ ਸਾਡੇ ਉਹ ਹੋ ਜਾਂਦੇ ਨੇ। ਜਦੋਂ ਉਹ ਹੋਣ ਨਾਲ ਤਾਂ ਗਰਮੀ ਇੰਨੀ ਕੁ ਜ਼ਿਆਦਾ ਵਧਣੀ ਆ, ਤੁਹਾਡੇ ਜਿਹੜੇ ਮਲ ਨੂੰ ਉਹਨੇ ਗ੍ਰਿਪ, ਜਿਹੜਾ ਤੁਹਾਡੇ ਅਸਲੀ ਜਿਹੜਾ ਮਲ ਹੈ ਤੁਹਾਡੀ, ਇਹ ਨਹੀਂ ਹੈਗਾ ਵੀ ਤੁਹਾਡਾ ਜਿਹੜਾ ਅੰਤੜੀ ਉਹ ਬਿਲਕੁਲ ਖਾਲੀ ਹੋ ਜਾਂਦੀ ਆ। ਤੁਸੀਂ ਫਲੱਸ਼ ਜਾਣ ਤੋਂ ਬਾਅਦ ਵੀ ਜਿਹੜਾ ਤੁਹਾਡੇ ਮਲ ਜਿਹੜਾ ਹੈਗਾ ਅੰਤੜੀ ਦੇ ਵਿੱਚ ਟਿਕਿਆ ਰਹਿੰਦਾ, ਤਾਂ ਕਿ ਜਿਹੜਾ ਤੁਹਾਡਾ ਪਾਣੀ ਤੁਹਾਡੇ ਸਰੀਰ ਨੂੰ ਅਸਲੀ ਚਾਹੀਦਾ, ਤੁਹਾਡੀ ਅੰਤੜੀ ਨੂੰ ਮਿਨਰਲ ਚਾਹੀਦੇ ਨੇ, ਉਹ ਜਿਹੜੇ ਟਿਕੇ ਰਹਿਣ ਅੰਦਰ। ਜਦੋਂ ਉਹਦੇ ਵਿੱਚ ਗਰਮੀ ਜ਼ਿਆਦਾ ਪੈ ਗਈ, ਤੁਸੀਂ ਇਹ ਕਹਿ ਲਓ ਵੀ ਤੁਹਾਡਾ ਥੋੜ੍ਹਾ ਜਿਹਾ ਵੀ ਖਾਣਾ ਖਾਧਾ ਹੋਇਆ, ਤੁਸੀਂ ਇਹ ਕਹਿ ਲਓ ਵੀ ਇੱਕਦਮ ਤੁਸੀਂ ਫਲੱਸ਼ ਭੱਜਦੇ ਹੋ, ਜਾਂ ਕਈ ਬੰਦਿਆਂ ਨੂੰ ਤੁਸੀਂ ਦੇਖਿਆ ਵੀ ਗਰਮੀ ਦੇ ਵਿੱਚ ਇੱਕ ਸੰਗਰਹਿਣੀ ਪੈਦਾ ਹੋ ਜਾਂਦੀ ਹੈ, ਵੀ ਉਹਨਾਂ ਨੂੰ ਲਗਾਤਾਰ ਇਹ ਜਿਹੜਾ ਫਲੱਸ਼ ਜਾਣਾ ਪੈਂਦਾ ਹੈ, ਲਗਾਤਾਰ ਉਹਨੂੰ ਟੱਟੀਆਂ ਲੱਗੀਆਂ ਰਹਿੰਦੀਆਂ, ਹਲਕਾ ਜਿਹਾ ਖਾਣਾ ਖਾਧਾ ਤਾਂ ਨਾਲੋਂ ਨਾਲ ਉਹ ਫਲੱਸ਼ ਗਏ, ਉਹਨਾਂ ਦਾ ਜਿਹੜਾ ਮੈਦਾ ਹੈ ਉਹ ਪਚਾਉਣ ਦੇ ਕਾਬਲ ਬਿਲਕੁਲ ਨਹੀਂ ਰਹਿੰਦਾ, ਆਂਤੜੀ ਉਹਨਾਂ ਦੇ ਜਿਹੜੇ ਖਾਣੇ ਨੂੰ ਇੱਕ ਤਰ੍ਹਾਂ ਦਾ ਕਹਿ ਲਓ ਵੀ ਕੰਟਰੋਲ ਆਪਣੇ ਵਸ 'ਚ ਕਰਨ ਦੇ ਕਾਬਲ ਜਿਹੜੀ ਨਹੀਂ ਰਹਿੰਦੀ। ਅੱਛਾ ਡਾਕਟਰ ਸਾਹਿਬ, ਫਿਰ ਜਿਹੜੇ ਅੱਜ ਕੱਲ੍ਹ ਬੱਚਿਆਂ ਨੂੰ ਵੀ ਬੜੇ ਖੂਨੀ ਮਰੋੜੇ ਲੱਗ ਜਾਂਦੇ ਨੇ ਜੀ, ਉਹ ਮਤਲਬ ਇਹ ਸੀ ਕਿ ਮੇਰੇ ਕੋਲ ਬਹੁਤ ਜ਼ਿਆਦਾ ਫੋਨ ਆਏ ਕਿ ਸਾਡੇ ਬੱਚੇ ਨੇ ਬਿਲਕੁਲ ਕੁਛ ਖਾਧਾ ਵੀ ਨਹੀਂ, ਪੀਤਾ ਵੀ ਨਹੀਂ, ਫਿਰ ਵੀ ਉਹ ਖੂਨੀ ਮਰੋੜੇ ਜਾਂਦਾ,
ਉਹਦੇ ਪਖਾਨੇ ਦੇ ਵਿੱਚੋਂ ਖੂਨ ਆਈ ਜਾ ਰਿਹਾ, ਬੱਚਿਆਂ ਨੂੰ ਵੀ ਹੋ ਜਾਂਦਾ। ਪਖਾਨੇ ਦੇ ਵਿੱਚ ਖੂਨ ਆਉਣਾ ਇਹਦਾ ਮੇਨ ਕਾਰਨ ਕੀ ਹੈ, ਕਿਉਂਕਿ ਅਸੀਂ ਜਦੋਂ ਤਲੇ ਹੋਏ ਪਦਾਰਥ ਖਾਵਾਂਗੇ ਤਾਂ ਸਾਡੀ ਜਿਹੜੀ ਅੰਤੜੀ ਦੇ ਵਿੱਚ ਅਲਸਰ ਹੋ ਜਾਂਦੇ ਨੇ, ਜਿਹਨਾਂ ਨੂੰ ਤੁਸੀਂ ਮਾਡਰਨ ਸਾਇੰਸ ਦੇ ਵਿੱਚ ਅਲਸਰ ਕੋਲਾਈਟਿਸ ਕਹਿ ਦਿੰਦੇ ਆ। ਅਤੇ ਜਦੋਂ ਉਹ ਅਲਸਰ ਦੇ ਨਾਲ ਤੁਹਾਡਾ ਮਲ ਲੱਗ ਕੇ ਲੰਘਦਾ ਤਾਂ ਉਹ ਇੱਕ ਤਰ੍ਹਾਂ ਦਾ ਛਾਲਾ ਜਿਹੜਾ ਤੁਹਾਡਾ ਫੁੱਟ ਜਾਂਦਾ, ਫੁੱਟਣ ਦੇ ਕਾਰਨ ਜਿਹੜਾ ਹੈਗਾ ਉੱਥੋਂ ਤੁਹਾਡਾ ਬਲੱਡ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੁਹਾਡੇ ਮਲ ਦੇ ਨਾਲ, ਤੁਹਾਡੀ ਲੈਟਰਿਨ ਦੇ ਨਾਲ ਜਿਹੜਾ ਬਲੱਡ। ਕਈਆਂ ਦੇ ਤੁਸੀਂ ਇਹ ਵੀ ਦੇਖਿਆ ਤੁਸੀਂ ਜੀ ਵੀ ਇੰਨਾ ਕੁ ਬਲੱਡ ਆਉਣ ਲੱਗ ਜਾਂਦਾ ਵੀ ਉਹਨਾਂ ਦੀ ਐੱਚ ਬੀ ਦੀ ਹੋਮੋਗਲੋਬਿਨ ਦੀ ਜਿਹੜੀ ਖੂਨ ਦੀ ਵੀ ਕਮੀ ਬਹੁਤ ਆਉਣ ਲੱਗ ਜਾਂਦੀ ਹੈ, ਤੁਪਕੇ ਬੂੰਦਾਂ ਗਿਰਨ ਲੱਗ ਜਾਂਦੀਆਂ ਨੇ ਜੀ। ਅੱਛਾ, ਅਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਅਗਰ ਇਹ ਬਹੁਤ ਛੋਟੀ ਜਿਹੀ ਗੱਲ ਹੈਗੀ ਹੈ ਲੂਣ ਲੱਗਣਾ ਜਾਂ ਫਿਰ ਅਸੀਂ ਕਹਿ ਲਏ ਉਲਟੀਆਂ ਦਸਤ ਗਰਮੀਆਂ ਦੇ ਵਿੱਚ ਲੱਗਣਾ, ਇਹ ਤਾਂ ਬਚਾਅ ਕੀਤਾ ਜਾ ਸਕਦਾ ਜੀ ਲੂਣ ਤੋਂ ਆਪਣੇ ਬੰਦੇ ਦਾ, ਕਿਉਂਕਿ ਕੰਮ ਕਾਰ ਤਾਂ ਸਾਰਿਆਂ ਨੇ ਕਰਨੀ ਨੇ ਜੀ। ਦੇਖੋ, ਤੁਸੀਂ ਬਚਾਅ ਕਰਨਾ ਤਾਂ ਇਹਦਾ ਇੰਨਾ ਕੁ ਜ਼ਿਆਦਾ ਸੌਖਾ ਵੀ ਤੁਸੀਂ ਆਪਣੇ ਸਰੀਰ ਦੇ ਅੰਦਰ ਪਾਣੀ ਦੀ ਕਮੀ ਨਹੀਂ ਆਉਣ ਦੇਣੀ, ਕਿਉਂਕਿ ਗਰਮੀ ਦੇ ਵਿੱਚ ਸਾਡੇ ਮਸਲ ਦੇ ਵਿੱਚੋਂ ਸਭ ਤੋਂ ਵੱਧ ਸਕ੍ਰੀਸ਼ਨ ਜਿਹੜੀ ਹੈਗੀ ਆ ਪਸੀਨੇ ਰਾਹੀਂ ਉਹ ਪਾਣੀ ਦੀ ਹੋ ਜਾਂਦੀ ਹੈ। ਪਿਸ਼ਾਬ ਸਾਨੂੰ ਗਰਮੀ 'ਚ ਘੱਟ ਕਿਉਂ ਆਉਂਦਾ, ਕਿਉਂਕਿ ਸਾਨੂੰ ਪਸੀਨੇ ਰਾਹੀਂ ਨਿਕਲਦਾ। ਸਰਦੀ ਦੇ ਵਿੱਚ ਪਿਸ਼ਾਬ ਸਾਨੂੰ ਜ਼ਿਆਦਾ ਆਉਂਦਾ ਕਿਉਂਕਿ ਉਸ ਟਾਈਮ ਸਾਡਾ ਮਸਲ ਆ ਜਿਹੜਾ ਪਾਣੀ ਨਹੀਂ ਮੰਗਦਾ, ਗਰਮੀ ਦੇ ਵਿੱਚ ਜ਼ਿਆਦਾ ਮੰਗਦਾ, ਪਸੀਨਾ ਬਾਹਰ ਨਿਕਲਦਾ, ਉਨਾ ਸਾਨੂੰ ਪਿਸ਼ਾਬ ਘੱਟ ਆਊਗਾ। ਤਾਂ ਇਹ ਤੋਂ ਰੋਕਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਵੀ ਤੁਸੀਂ ਆਪਣੇ ਸਰੀਰ ਦੇ ਵਿੱਚ ਜਦੋਂ ਤੁਸੀਂ ਪਾਣੀ ਦੀ ਕਮੀ ਨਹੀਂ ਆਉਣ ਦੇਣੀ, 3-4 ਲੀਟਰ ਜਿਹੜਾ ਆਮ ਬਾਡੀ ਨੂੰ ਪਾਣੀ ਚਾਹੀਦਾ ਉਹ ਤੁਸੀਂ ਪੂਰਾ ਲੈਂਦੇ ਹੋ, ਤੁਸੀਂ ਤਰਬੂਜ ਜ਼ਿਆਦਾ ਖਾਂਦੇ ਹੋ, ਤੁਸੀਂ ਖਰਬੂਜੇ ਜ਼ਿਆਦਾ ਖਾਂਦੇ ਹੋ, ਠੰਡੇ ਜਿਹੜੇ ਫਲ ਹੈ ਉਹ ਜਿਹੜਾ ਗਰਮੀ ਦੇ ਵਿੱਚ ਕੁਦਰਤ ਨੇ ਪੈਦਾ ਕੀਤੇ ਆ ਉਹ ਅਸੀਂ ਛੱਡ ਕੇ ਅਸੀਂ ਉਲਟ ਫਾਸਟ ਫੂਡ ਦੇ ਵੱਲ ਜਾਂਦੇ ਹਾਂ, ਜਿਹੜਾ ਸਾਡੇ ਅੰਦਰ ਪਹਿਲਾਂ ਹੀ ਮੰਦ ਹੋਈ ਹੋਈ ਅਗਰੀ ਤਾਂ ਉਹਨੂੰ ਹੋਰ ਜ਼ਿਆਦਾ ਜਿਹੜਾ ਅੰਦਰ ਜਾ ਕੇ ਖਰਾਬ ਕਰਦਾ, ਉਹਨੂੰ ਡਿਸਟਰਬ ਕਰਦਾ, ਡਿਸਬੈਲੈਂਸ ਕਰਦਾ, ਤਾਂ ਫਿਰ ਜਾ ਕੇ ਸਾਨੂੰ ਜਿਹੜੀ ਇਹ ਹੈ ਸਮੱਸਿਆ ਖੜੀ ਹੋ ਜਾਂਦੀ ਹੈ ਜੀ। ਗਰਮੀ ਦੇ ਵਿੱਚ ਜਿਸ ਤਰੀਕੇ ਨਾਲ ਤਾਪਮਾਨ ਚੱਲ ਰਿਹਾ ਹੈ, ਟੈਂਪਰੇਚਰ ਚੱਲ ਰਿਹਾ ਹੈ, ਖਾਣ ਵਿੱਚ ਕਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਜੀ? ਖਾਣ ਦੇ ਵਿੱਚ ਦੇਖੋ ਜੀ, ਸਭ ਤੋਂ ਮੇਨ ਜ਼ਰੂਰੀ ਹੈ ਇਹਦੇ ਵਿੱਚ ਵੀ ਸਾਨੂੰ ਗਰਮ ਚੀਜ਼ਾਂ ਤਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹੁਣ ਬਹੁਤ ਲੋਕਾਂ ਦਾ ਸਵਾਲ ਹੁੰਦਾ, ਅਜੇ ਵੀ ਮਾਫ਼ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਹੁਣ ਛੁੱਟੀਆਂ ਹੋ ਗਈਆਂ ਜੀ, ਆਲੂ ਭਟੂਰੇ ਚੱਲ ਰਹੇ ਨੇ ਜੀ, ਆਲੂ ਪੂਰੀਆਂ ਚੱਲ ਰਹੀਆਂ ਨੇ ਸਾਡੇ ਘਰਾਂ 'ਚ, ਉਸ ਕਰਕੇ ਤੁਸੀਂ ਇਹ ਦੇਖ ਲਓ ਵੀ ਕੋਈ ਵੀ ਘਰ ਇਹੋ ਜਿਹਾ ਹੈਗਾ ਵੀ ਜਿੱਥੇ ਆਲੂ ਭਟੂਰੇ ਛੋਲੇ ਭਟੂਰੇ ਜਿੱਥੇ ਚੱਲ ਰਹੇ ਆ ਜਾਂ ਬਰਗਰ ਪੀਜ਼ੇ ਜਿੱਥੇ ਚੱਲ ਰਹੇ ਆ ਵੀ ਉਹ ਹੌਸਪੀਟਲ ਇਸ ਮੌਸਮ ਦੇ ਵਿੱਚ ਨਾ ਪਹੁੰਚਿਆ ਹੋਵੇ ਕੋਈ ਇੱਕ ਵੀ ਦਿਖਾ ਦਿਓ, ਕਿਉਂਕਿ ਇਸ ਮੌਸਮ ਦੇ ਵਿੱਚ ਕੱਚਾ ਮੌਸਮ, ਆਪਾਂ ਪਹਿਲਾਂ ਵੀ ਦੱਸਿਆ ਵੀ ਇਸ ਮੌਸਮ 'ਚ ਤੁਹਾਡਾ ਮਿੱਧਾ ਜਿਹੜਾ ਉਹ ਸਿਆਲ ਦੇ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ, ਇਸ ਕਰਕੇ ਜਿਹੜੀ ਸਾਨੂੰ ਇਹ ਇਨਫੈਕਸ਼ਨ ਦੀ ਸਮੱਸਿਆ ਦੀ ਸਾਹਮਣਾ ਕਰਨਾ ਪੈਂਦਾ ਜੀ। ਅੱਛਾ, ਜਿਹੜੀ ਨਕਸੀਰ ਫੁੱਟ ਜਾਂਦੀ ਹੈ ਜੀ ਉਹ ਕੀ ਹੁੰਦਾ? ਫੁੱਟਣੀ ਉਹੀ ਗਰਮੀ ਦੇ ਕਾਰਨ ਆ, ਉਹੀ ਤੁਹਾਨੂੰ ਦੇਖਿਓ ਵੀ ਜਦੋਂ ਤੁਹਾਡੇ ਪੇਟ 'ਚ ਜਾਂ ਤੁਹਾਡੀ ਫੂਡ ਪਾਈਪ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਦੀ ਕਹਿ ਲਓ ਵੀ ਗਰਮੀ ਪੈਦਾ ਹੋ ਜਾਂਦੀ ਹੈ, ਅਲਸਰੇਸ਼ਨ ਹੋ ਜਾਂਦੀ ਹੈ, ਉੱਥੋਂ ਹੀ ਜਿਹੜੀ ਤੁਹਾਡੇ ਬੱਚਿਆਂ ਨੂੰ ਤੁਸੀਂ ਆਮ ਦੇਖਿਆ ਵੀ ਸਵੇਰੇ ਸਵੇਰੇ ਸਕੂਲ ਜਾਂਦੇ ਆ ਉੱਥੇ ਨਕਸੀਰ ਫੁੱਟ ਜਾਂਦੀ ਜਾਂ ਬੱਚਾ ਚੱਕਰ ਖਾ ਕੇ ਡਿੱਗ ਜਾਂਦਾ, ਉਹ ਸਾਰੇ ਗਰਮੀ ਦੇ ਕਾਰਨ ਆ, ਲੂ ਲੱਗਣ ਦੇ ਕਾਰਨ ਹੁੰਦਾ ਜੀ। ਅੱਛਾ, ਤੁਸੀਂ ਇਹ ਨੁਸਖਾ ਹੈਗਾ ਜਿਹੜਾ ਇੱਥੇ ਰੱਖਿਆ ਹੋਇਆ, ਇਹ ਬਚਾਅ ਕਿਵੇਂ ਕਰੇਗਾ? ਤੁਸੀਂ ਕਹੋਗੇ, ਤੁਸੀਂ ਕਹਿ ਰਹੇ ਸੀ ਵੀ ਰੁਕੀ ਜੀ ਤਾਂ ਸ਼ਿਮਲਾ ਬਣਾ ਦੇਗਾ ਸਰੀਰ ਨੂੰ ਤਪਦੀ ਗਰਮੀ 'ਚ। ਦੇਖੋ, ਉਹਦੇ ਵਿੱਚ ਇਹ ਹੈ, ਹੁਣ ਤੁਸੀਂ ਆਮ ਆਲੂ ਬੁਖਾਰੇ ਆਪਾਂ ਖਾਂਦੇ ਹਾਂ ਰੋਜ਼, ਪਰ ਇਹ ਸੁੱਕੇ ਆਲੂ ਬੁਖਾਰੇ ਆ, ਜਿਵੇਂ ਪੁਰਾਣਾ ਗੁੜ ਬਹੁਤ ਕੰਮ ਕਰਦਾ ਸਰੀਰ ਲਈ, ਬਹੁਤ ਦਵਾਈਆਂ 'ਚ ਕੰਮ ਕਰਦਾ, ਇਹ ਪਿਸ਼ਾਬ ਦੇਖਣ ਨੂੰ ਇੱਦਾਂ ਲੱਗਦਾ ਵੀ ਵੀ ਇਹ ਲੱਗਦੇ ਹੀ ਨਹੀਂ ਹੈਗੇ ਆਲੂ ਬੁਖਾਰੇ, ਪਰ ਹੈ ਇਹ ਸੁੱਕੇ ਆਲੂ ਬੁਖਾਰੇ ਜਿਹੜੇ 2-3 ਸਾਲ ਪੁਰਾਣੇ ਨੇ। ਜੇ ਤੁਸੀਂ ਥੋੜ੍ਹੇ ਜਿਹੇ ਇਸ ਸੀਜ਼ਨ ਵਾਲੇ ਲਉਂਗੇ ਉਹ ਤੁਹਾਨੂੰ ਇਹੋ ਜਿਹੇ ਨਹੀਂ ਮਿਲਣਗੇ, ਇਹ 3 ਕੁ ਸਾਲ ਪੁਰਾਣੇ ਘੱਟੋ ਘੱਟ ਤੁਸੀਂ ਆਲੂ ਬੁਖਾਰੇ ਲੈਣੇ ਆ, ਜਿੰਨੇ ਪੁਰਾਣੇ ਹੋਣ ਉਨਾ ਜ਼ਿਆਦਾ ਕੰਮ ਕਰਦੇ ਨੇ। ਜਿੰਨਾ ਬੰਦੇ ਦੇ ਅੰਦਰ ਤੇਜ਼ਾਬ ਬਣਦਾ, ਮੇਦੇ 'ਚ ਗਰਮੀ ਹੈ, ਸਵੇਰੇ ਉੱਠ ਕੇ ਖੱਟੇ ਡਕਾਰ ਆਉਂਦੇ ਆ ਜਾਂ ਉਲਟੀਆਂ ਟੱਟੀਆਂ ਹਟਦੀਆਂ ਨਹੀਂ ਜਿਹਦੀਆਂ, ਜਾਂ ਉਲਟੀਆਂ ਆਉਣ ਨੂੰ ਮਨ ਕਰੀ ਜਾਂਦਾ, ਅੰਦਰੇ ਵੀ ਅੰਦਰੇ ਗਲੇ 'ਚ ਘੁੰਮੀ ਜਾਂਦੀ ਹੈ ਜ਼ਹਿਰ, ਤੇਜ਼ਾਬ ਵਾਲਿਆਂ ਵਾਸਤੇ ਉਲਟੀਆਂ ਟੱਟੀਆਂ ਵਾਲਿਆਂ ਵਾਸਤੇ ਇਹ ਨੁਸਖਾ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਅੰਮ੍ਰਿਤ ਦੇ ਸਮਾਨ ਹੈ, ਵਰਦਾਨ ਹੈ, ਉਹ ਆਪਾਂ ਦੱਸਦੇ ਹਾਂ। ਤੁਸੀਂ ਕੀ ਕਰਨਾ, ਕਾਸਣੀ ਲੈਣੀ ਆ, ਹਰ ਕੀ ਹੈ ਜੀ? ਇਹ ਕਾਸਣੀ ਹੈ ਜੀ, ਕਾਸਣੀ ਹੈ।
ਇਹ ਹਰੇਕ ਪੰਸਾਰੀ ਦੀ ਦੁਕਾਨ ਤੋਂ ਆਮ ਤੁਹਾਨੂੰ ਮਿਲ ਜੂਗੀ। ਇਹਦੀ ਪਛਾਣ ਵੀ ਤੁਸੀਂ ਕਰ ਸਕਦੇ ਹੋ ਬੜੇ ਸੌਖੇ ਢੰਗ ਦੇ ਨਾਲ। ਤੁਸੀਂ ਇਹ ਕਰਨਾ, ਇੱਕ ਚਮਚੇ ਦਾ ਪਾਣੀ ਦੇ ਵਿੱਚ ਭਿਉਂ ਦੇਣਾ ਅਤੇ 4-5 ਟੁਕੜੇ ਤੁਸੀਂ ਭਿਉਣੇ ਆ ਜੀ ਆਲੂ ਬੁਖਾਰੇ ਦੇ, ਜਿਹੜੇ ਪੁਰਾਣੇ ਤੋਂ ਪੁਰਾਣੇ ਲੈਣੇ ਆ। ਇਹ ਤੁਸੀਂ ਇਹ ਦੇਖ ਕੇ ਨਹੀਂ ਕਰਨਾ ਵੀ ਹਾਂ ਇਹ ਦੇਖਣ ਨੂੰ ਚੰਗੇ ਨਹੀਂ ਲੱਗਦੇ, ਦੇਖਣ ਨੂੰ ਸੋਹਣੇ ਨਹੀਂ ਲੱਗਦੇ। ਉਸ ਤੋਂ ਬਾਅਦ ਜਿਹੜਾ ਸਭ ਤੋਂ ਤਕੜੀ ਚੀਜ਼ ਹੈ, ਜਿਹੜੀ ਤੁਹਾਡੀ ਅੰਤੜੀ ਦੇ ਵਿੱਚ ਤੁਹਾਡਾ ਮਲ ਵਾਰ ਵਾਰ ਤੁਹਾਨੂੰ ਜਾਣਾ ਪੈਂਦਾ, ਉਹਨੇ ਰੋਕਣਾ, ਇਹ ਤੁਸੀਂ ਲੈ ਲੈਣਾ। ਤੁਸੀਂ ਆਮ ਤੁਹਾਨੂੰ ਮਿਲ ਜਾਂਦੀ ਹੈ ਬਿੱਲ ਦੀ ਗਿਰੀ, ਤੁਸੀਂ ਬਿੱਲ ਦਾ ਪਾਊਡਰ ਨਹੀਂ ਲੈਣਾ, ਗਿਰੀ ਲੈਣੀ ਆ, ਕਿਉਂਕਿ ਪਾਊਡਰ 'ਚ ਬਹੁਤ ਕੁਛ ਮਿਕਸ ਵੀ ਮਿਲ ਸਕਦਾ ਤੁਹਾਨੂੰ। ਇਹਨੂੰ ਤੁਸੀਂ ਕਰਨਾ ਕੀ ਆ, ਹੁਣ ਤੁਸੀਂ ਵੱਡੇ ਕੱਚ ਦਾ ਭਾਂਡਾ ਲੈ ਲੈਣਾ ਤੁਸੀਂ ਕੋਈ, ਤੁਸੀਂ ਇੱਕ ਚਮਚ ਲੈ ਲਓ ਕਾਸਣੀ ਦਾ, ਇੱਕ ਚਮਚ ਇਹ ਲੈ ਲਿਆ, ਅਤੇ 4-5 ਤੁਸੀਂ ਟੁਕੜੇ ਆ ਦੇਖੋ ਲੈ ਲੈਣੇ ਆ ਆਲੂ ਬੁਖਾਰਿਆਂ ਦੇ, 5 ਟੁਕੜੇ ਤੁਸੀਂ ਇਹ ਲੈ ਲਏ, ਅਤੇ 3-4 ਟੁਕੜੇ ਤੁਸੀਂ ਇਹਦੇ ਲੈ ਲੈਣੇ ਆ ਬੇਲਗਿਰੀ ਦੇ। ਇਹਨੂੰ ਤੁਸੀਂ ਲਗਭਗ ਜੀ 1.5-2 ਗਲਾਸ ਜਿੰਨਾ ਤੁਸੀਂ ਪਾਣੀ ਪੀ ਸਕਦੇ ਹੋ ਰਾਤ ਨੂੰ, ਉਨੇ ਕੁ ਪਾਣੀ ਦੇ ਵਿੱਚ ਭਿਉਂ ਦੇਣਾ। ਤਾਂ ਸਵੇਰੇ ਉੱਠ ਕੇ ਤੁਸੀਂ ਇਹਨੂੰ ਪੁਣ ਕੇ ਪੀ ਲੈਣਾ, ਤਾਂ ਲਗਭਗ ਤੁਸੀਂ ਕਹਿ ਲਓ ਵੀ ਜਿੰਨੀ ਮਰਜ਼ੀ ਧੁੱਪ ਦੇ ਵਿੱਚ, ਚਾਹੇ 45 ਦੇ ਬਜਾਏ 50 ਹੋ ਜਾਵੇ, ਤੁਹਾਨੂੰ ਲੂ ਨਹੀਂ ਲੱਗੂਗੀ, ਨਾ ਤੁਹਾਨੂੰ ਟੱਟੀਆਂ ਉਲਟੀਆਂ ਦੀ ਜਿਹੜੀ ਸਮੱਸਿਆ ਹੋਊਗੀ। ਜੀ ਅੱਛਾ, ਹੋਰ ਕੀ ਫਾਇਦਾ ਰਹਿਣ ਵਾਲਾ ਜੀ? ਤਾਂ ਵਿੱਚ ਪਾਉਂਦੇ ਸਾਰ ਹੀ ਤਾਂ ਰੰਗ ਛੱਡ ਗਿਆ ਜੀ, ਇੱਦਾਂ ਹੀ ਕਮਾਲ ਦੀਆਂ ਚੀਜ਼ਾਂ। ਤੁਸੀਂ ਦੇਖੋ ਵੀ ਜਿਹੜੇ ਬੰਦੇ ਦੇ ਤੇਜ਼ਾਬ ਬਹੁਤ ਬਣਦਾ, ਜਿਹੜੇ ਬੰਦੇ ਦੇ ਗੈਸ ਐਸਿਡਿਟੀ ਬਹੁਤ ਰਹਿੰਦੀ ਹੈ, ਜਿਹਨੂੰ ਕਬਜ਼ ਜ਼ਿਆਦਾ ਰਹਿੰਦੀ ਹੈ, ਜਾਂ ਜਿਹਨੂੰ ਤੁਸੀਂ ਇਹ ਕਹਿ ਲਓ ਵੀ ਲੈਟਰੀਨਾਂ ਵਾਰ ਵਾਰ ਲੱਗੀਆਂ, ਇਹਨੇ ਦੋਵੇਂ ਪਾਸੇ ਨੂੰ ਕੰਮ ਕਰਨਾ, ਇੰਨੀ ਕਮਾਲ ਦੀ ਚੀਜ਼ ਹੈ। ਜਾਂ ਜਿਹਨਾਂ ਦੇ ਗਲੇ 'ਚ ਤੁਸੀਂ ਆਮ ਦੇਖਿਆ ਵੀ ਬਹੁਤ ਜ਼ਹਿਰ ਜੀ ਚੜ੍ਹਦੀ ਰਹਿੰਦੀ ਹੈ, ਜਾਂ ਜਿਹਨਾਂ ਦੇ ਮੂੰਹ 'ਚੋਂ ਬਦਬੂ ਬਹੁਤ ਆਉਂਦੀ ਰਹਿੰਦੀ ਹੈ, ਖੱਟੇ ਡਕਾਰ ਬਹੁਤ ਆਉਂਦੇ ਨੇ, ਜਾਂ ਜਿਹਨਾਂ ਨੂੰ ਬਵਾਸੀਰ ਦੀ ਸਮੱਸਿਆ, ਉਹਨਾਂ ਵਾਸਤੇ ਤੁਸੀਂ ਇਹ ਕਹਿ ਲਓ ਅੰਮ੍ਰਿਤ ਦੇ ਸਮਾਨ ਹੈ ਜੀ। ਜਿਹਨਾਂ ਨੂੰ ਬਵਾਸੀਰ ਦੇ ਵਿੱਚ ਖੂਨ ਆਉਂਦਾ, ਜਾਂ ਲੈਟਰਨ ਖੁੱਲ੍ਹ ਕੇ ਨਹੀਂ ਆਉਂਦੀ, ਜਾਂ ਮੌਕੇ ਬਣੀ ਜਾਂਦੇ ਨੇ ਵਾਰ ਵਾਰ, ਇਹਨੇ ਮੌਕੇ ਬਣਨੇ ਨਹੀਂ ਦੇਣੇ। ਕਿਉਂ? ਕਿਉਂਕਿ ਤੁਹਾਡਾ ਇਹਨੇ ਮਲ ਇੱਕ ਚੰਗੇ ਢੰਗ ਨਾਲ, ਜਿਹਦੇ ਕੁਦਰਤੀ ਢੰਗ ਨਾਲ ਸਾਨੂੰ ਆਉਣਾ ਚਾਹੀਦਾ, ਉਸ ਢੰਗ ਨਾਲ ਜਦੋਂ ਆਉਣ ਦੇ ਦੇਣਾ, ਤਾਂ ਸਾਨੂੰ ਬਵਾਸੀਰ ਦੀ ਜਿਹੜੀ ਸਮੱਸਿਆ ਉਹ ਪੈਦਾ ਨਹੀਂ ਹੋਣੀ ਜੀ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਬੜੀ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਜੀ ਗਰਮੀਆਂ ਦੇ ਵਿੱਚ, ਖਾਸ ਕਰਕੇ ਬਹੁਤ ਸਾਰੇ ਲੋਕਾਂ ਦੇ ਪਸੀਨੇ ਦੇ ਵਿੱਚੋਂ ਬੜੀ ਬਦਬੂ ਆਉਂਦੀ ਹੈ ਜੀ। ਮਤਲਬ ਉਹ ਡੇਲੀ ਨਹਾਉਂਦੇ ਨੇ, ਚੰਗਾ ਡਰੋਡੈਂਟ ਵੀ ਲਾਉਂਦੇ ਨੇ, ਸਾਬਣ ਵੀ ਚੰਗਾ ਲਾਉਂਦੇ ਨੇ, ਉਸ ਤੋਂ ਬਾਅਦ ਪਰਫਿਊਮ ਦੀ ਤਾਂ ਸਮਝ ਲਓ ਤੁਸੀਂ ਬਾਲਟੀ ਤੱਕ ਛਿੜਕ ਦਿੰਦੇ ਨੇ, ਪਰ ਗਰਮੀ ਦੀ ਗਰਮੀ ਕਰਕੇ ਜਾਂ ਗਰਮੀ ਦੇ ਵਿੱਚ ਸਰੀਰ ਦੇ ਵਿੱਚ ਉਹ ਸਮੈਲ ਨਹੀਂ ਆਉਣੋਂ ਹਟਦੀ। ਦੇਖੋ ਉਹ ਸਾਰਾ ਕਾਰਨ ਹੈ ਜੀ ਪਿੱਤ ਦਾ, ਜਿਹਨਾਂ ਦੇ ਅੰਦਰ ਪਿੱਤ ਨਜਾਇਜ਼ ਵੱਧਦੀ ਹੈ, ਬਾਇਲ ਜ਼ਿਆਦਾ ਵੱਧਦਾ, ਜਿਹਨੂੰ ਤੇਜ਼ਾਬ ਦੇਸ਼ੀ ਭਾਸ਼ਾ ਦੇ ਵਿੱਚ ਕਹਿ ਲਓ ਵੀ ਤੇਜ਼ਾਬ ਬਹੁਤ ਵੱਧਦਾ ਹੈ। ਤੁਸੀਂ ਇਹ ਕਹਿ ਲਓ ਵੀ ਤੁਸੀਂ ਇਹ ਲਗਭਗ 15 ਦਿਨ ਪੀ ਕੇ ਦੇਖ ਲਓ, ਤੁਹਾਡੇ ਪਸੀਨੇ 'ਚੋਂ ਵੀ ਖੁਸ਼ਬੂ ਆਉਣ ਲੱਗ ਜੂਗੀ, ਨਾਲ ਇੱਕ ਪਾ ਲਿਓ ਗੁਲਾਬ ਦਾ ਫੁੱਲ ਇਹਦੇ ਵਿੱਚ, ਤੁਸੀਂ ਦੇਖ ਲਓ ਉਹ ਗੁਲਾਬ ਦੀ ਮਹਿਕ ਤੁਹਾਡੇ ਪਸੀਨੇ 'ਚੋਂ ਆਇਆ ਕਰੂਗੀ ਸਿਰਫ 15 ਦਿਨਾਂ ਦੇ ਵਿੱਚ, ਐਡਾ ਕਮਾਲ ਹੋ ਜੂਗਾ ਜੀ। ਅੱਛਾ ਡਾਕਟਰ ਸਾਹਿਬ, ਫਿਰ ਆਯੁਰਵੇਦ ਦੇ ਵਿੱਚ ਐਮਰਜੈਂਸੀ ਹੈਂਡਲ ਕਰਨ ਵਾਸਤੇ ਇਹ ਤਕੜੀ ਚੀਜ਼ ਹੈਗੀ ਹੈ ਜੀ? ਅਗਰ ਇੱਕ ਲਖਤ ਐਮਰਜੈਂਸੀ ਹੋ ਗਈ, ਸਿਰਫ ਇੱਕ ਡੋਜ਼ ਦੇ ਨਾਲ ਤੁਹਾਡੀਆਂ ਟੱਟੀਆਂ ਅਤੇ ਉਲਟੀਆਂ ਨੂੰ ਫਰਕ ਪੈ ਜਾਂਦਾ, ਸਿਰਫ ਇੱਕ ਡੋਜ਼ ਦੇ ਨਾਲ, ਐਡੀ ਕਮਾਲ ਦੀ ਚੀਜ਼ ਹੈ। ਜਿਹੜਾ ਤੁਸੀਂ ਐਂਟੀਬਾਇਓਟਿਕ ਨਾਲ ਵੀ ਤੁਹਾਨੂੰ 5-6 ਘੰਟੇ ਜਿਹੜਾ ਵੇਟ ਕਰਨਾ ਪੈਂਦਾ, ਤਾਂ ਸਿਰਫ ਇੱਕ ਡੋਜ਼ ਦੇ ਨਾਲ ਤੁਸੀਂ ਇਹ ਕਹਿ ਲਓ ਵੀ 1.5 ਘੰਟੇ ਦੇ ਵਿੱਚ ਤੁਹਾਨੂੰ ਆਰਾਮ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਜੀ। ਡਾਕਟਰ ਸਾਹਿਬ, ਜਿਨ੍ਹਾਂ ਦੀ ਦਿੱਕਤ ਪਰੇਸ਼ਾਨੀ ਫਿਰ ਇਹਨਾਂ ਨੁਸਖੇ ਟੋਟਕਿਆਂ ਨਾਲ ਜੇ ਨਹੀਂ ਪੂਰੀ ਹੁੰਦੀ, ਫਿਰ ਉਹ ਆਯੁਰਵੇਦ ਦੇ ਵਿੱਚ ਉਹਦਾ ਕੁਛ ਹੱਲ ਹੈ? ਉਹਦਾ ਆਯੁਰਵੇਦ ਦੇ ਵਿੱਚ 100% ਹੱਲ ਹੈ ਵੀ ਬੰਦਾ ਪਰਹੇਜ਼ ਰੱਖਣ ਵਾਲਾ ਚਾਹੀਦਾ, ਜਿਹਦੇ ਤੇਜ਼ਾਬ ਬਣਦਾ, ਜਿੰਨਾ ਵੀ ਅੰਦਰੋਂ ਗਰਮੀ ਹੈ ਜਾਂ ਪੈਰਾਂ 'ਚੋਂ ਸੇਕ ਨਿਕਲ ਜਾਂਦਾ, ਗਰਮੀ ਦੇ ਕਾਰਨ ਉਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ, ਗਰਮੀ ਦੇ ਕਾਰਨ ਬੇਚੈਨੀ ਬਹੁਤ ਲੱਗਦੀ ਆ ਔਰਤਾਂ ਨੂੰ ਅੱਜ ਕੱਲ੍ਹ, ਉਹਨਾਂ ਦਾ ਹੱਲ ਬਿਲਕੁਲ ਹੈ ਜੀ, ਬੰਦਾ ਪਰਹੇਜ਼ ਰੱਖੇ ਤਾਂ ਬਿਲਕੁਲ ਤੰਦਰੁਸਤੀ ਵੱਲ ਵੱਧ ਸਕਦਾ ਜੀ। ਅੱਛਾ ਡਾਕਟਰ ਸਾਹਿਬ, ਜੇਕਰ ਤੁਹਾਨੂੰ ਮਿਲਣਾ ਹੋਵੇ, ਬਹੁਤ ਵਾਰ ਹੁੰਦਾ ਕਿ ਇਹ ਸੀਜ਼ਨ ਦੇ ਵਿੱਚ, ਹਰ ਸੀਜ਼ਨ ਦੇ ਵਿੱਚ ਹੀ ਬੰਦੇ ਨੂੰ ਗਰਮੀਆਂ 'ਚ ਟੱਟੀਆਂ, ਉਲਟੀਆਂ, ਦਸਤ, ਪਸੀਨੇ 'ਚੋਂ ਬਦਬੂ, ਰਾਤ ਨੂੰ ਨੀਂਦ ਨਾ ਆਉਣਾ, ਤੇਜ਼ਾਬ, ਅਲਸਰ, ਜਿਹੜੇ ਹਰ ਸੀਜ਼ਨ ਦੇ ਵਿੱਚ ਹੀ ਬਹੁਤ ਸਾਰੇ ਮਰੀਜ਼ ਨੇ ਕਿ ਜਿਹਨਾਂ ਨੂੰ ਗਰਮੀ ਦੇ ਵਿੱਚ ਥੱਬਿਆਂ ਦੇ ਥੱਬੇ ਗੋਲੀਆਂ ਕੈਪਸੂਲ ਖਾਣੇ ਪੈਂਦੇ ਨੇ, ਫਿਰ ਉਹਦਾ ਪੱਕਾ ਹੱਲ ਕੀ ਹੈ, ਪਰਮਾਨੈਂਟ ਹੱਲ ਕੀ ਹੈ ਜੀ? ਦੇਖੋ ਪਰਮਾਨੈਂਟ ਹੱਲ ਇਹ ਆ ਵੀ ਉਹਦਾ ਅਸੀਂ ਬੋਡੀ ਨੂੰ, ਉਹਦੀ ਨੂੰ ਡਿਟੋਕਸ ਕਰਨਾ, ਇੱਕ ਤਰ੍ਹਾਂ ਦੇ ਉਹਦੇ ਲੀਵਰ ਨੂੰ, ਮਿਹਦੇ ਨੂੰ, ਪੇਟ ਨੂੰ, ਅਮਾਸ਼ਿਆਂ ਨੂੰ, ਪਕਵਾਸ਼ਿਆਂ ਨੂੰ, ਸਾਰਿਆਂ ਨੂੰ ਇੱਕ ਤਰ੍ਹਾਂ ਦਾ ਸਾਫ਼ ਕਰਨਾ, ਧੋਣਾ,
ਤਾਂ ਜਾ ਕੇ ਉਹਦਾ ਪੱਕਾ ਹੱਲ ਹੁੰਦਾ। ਕੈਪਸੂਲ ਖਾਣ ਨਾਲ ਜਾਂ ਗੋਲੀਆਂ ਖਾਣ ਨਾਲ ਖਾਲੀ ਪੇਟ ਨਾਲ ਜਿਹੜਾ ਕਦੇ ਵੀ ਤੇਜ਼ਾਬ ਦਾ ਜਾਂ ਪੇਟ ਦਾ ਤੁਹਾਡੇ ਦਾ ਹੱਲ ਨਹੀਂ ਹੁੰਦਾ ਜੀ। ਅੱਛਾ, ਅਤੇ ਫਿਰ ਤੁਹਾਡੇ ਨਾਲ ਰਾਬਤਾ ਕਿਵੇਂ ਕਰ ਸਕਦੇ ਨੇ ਜਿਹੜੇ ਸਾਡੇ ਦਰਸ਼ਕ ਹੈਗੇ ਨੇ, ਰਾਬਤਾ ਕਿਵੇਂ ਕੀਤਾ ਜਾ ਸਕਦਾ, ਤੁਸੀਂ ਕਿੱਥੇ ਮਿਲਦੇ ਹੋ? ਉਹ ਸਾਨੂੰ ਮਿਲ ਸਕਦੇ ਨੇ ਹਰ ਐਤਵਾਰ ਔਰ ਵੀਰਵਾਰ ਛੱਡ ਕੇ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ, ਅਤੇ ਹਰ ਐਤਵਾਰ ਦੁੱਗਰੀ ਲੁਧਿਆਣੇ ਦੇ ਵਿੱਚ ਮਿਲ ਸਕਦੇ ਹਾਂ। ਫੋਨ ਕਰਕੇ ਇੱਕ ਦਿਨ ਪਹਿਲਾਂ ਨੰਬਰ ਆਪਣਾ ਲਵਾ ਕੇ ਫਿਰ ਸਾਨੂੰ ਜ਼ਰੂਰ ਮਿਲੋ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਜਗਰੂਪ ਸਿੰਘ ਭੰਗੂ, ਜਿਨ੍ਹਾਂ ਨੇ ਦੇਖੋ ਕਿ ਕੁਝ ਹੀ ਮਿੰਟ ਪਹਿਲਾਂ ਜਿਹੜਾ ਇਹ ਨੁਸਖਾ ਫਾਰਮੂਲਾ ਰਲਾਇਆ ਸੀ, ਇਹਦੇ ਵਿੱਚ ਉਹਨਾਂ ਨੇ 2-3 ਸਾਲ ਪੁਰਾਣਾ ਜਿਹੜਾ ਆਲੂ ਬੁਖਾਰੇ ਦਾ ਇਸਤੇਮਾਲ ਕੀਤਾ, ਨੁਸਖੇ ਬਾਬਤ ਇੱਕ ਵਾਰ ਫਿਰ ਦੱਸ ਦਈਏ, ਆਲੂ ਬੁਖਾਰੇ ਦਾ ਇਸਤੇਮਾਲ ਕੀਤਾ 2-3 ਸਾਲ ਪੁਰਾਣੇ, ਕਾਸ਼ਨੀ ਦਾ ਇਸਤੇਮਾਲ ਕੀਤਾ, ਔਰ ਬੇਲਗਿਰੀ ਹੈਗੀ ਹੈ ਜਿਹੜਾ ਉਹਦਾ ਇਸਤੇਮਾਲ ਇਹਦੇ ਵਿੱਚ ਕੀਤਾ। ਰਾਤ ਨੂੰ ਇਹ ਇੱਕ ਇੱਕ ਚਮਚਾ ਜਾਂ 2-2 3-3 4-4 ਟੁਕੜੇ ਦੇ ਮਿਲਾ ਲੈਣੇ, ਰਾਤ ਨੂੰ ਰੱਖ ਦੇਣੇ ਨੇ, ਅਤੇ ਸਵੇਰੇ ਪੁਣ ਕੇ ਜਿਹੜਾ ਇਸਦਾ ਪਾਣੀ ਹੈ ਉਹ ਪੀ ਲੈਣਾ। ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸ਼ਿਮਲਾ ਹੁੰਦਾ ਤੁਹਾਡਾ ਸਰੀਰ ਹੈ ਜਿਹੜਾ ਤਪਦੀ ਦੁਪਹਿਰ ਦੇ ਵਿੱਚ ਸ਼ਿਮਲੇ ਵਾਲੀ ਫੀਲਿੰਗ ਹੈ ਜਿਹੜੀ ਤੁਸੀਂ ਲੈ ਸਕੋਗੇ। ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਜਿਹੜਾ ਪੈਦਾ ਹੁੰਦਾ, ਤਾਂ ਅਸੀਂ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਦੀ ਟੀਮ ਦਾ ਇੱਕ ਨੰਬਰ ਹੈ ਉਹ ਚਲਾ ਦਿੱਤਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ, ਜਾਂ ਫਿਰ ਹਰ ਵਾਰ ਗਰਮੀਆਂ ਦੇ ਵਿੱਚ ਹੋਣ ਵਾਲੇ ਦਸਤਾਂ ਤੋਂ ਉਲਟੀਆਂ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਸੀਂ ਸੰਪਰਕ ਹੈਗਾ, ਕੰਸਲਟ ਹੈਗਾ ਜਿਹੜਾ ਵੈਦ ਜੀ ਨਾਲ, ਉਸ ਨੰਬਰ ਜ਼ਰੀਏ ਕਰ ਸਕਦੇ ਹੋ। ਫਿਲਹਾਲ ਮੇਰੀ ਚੇਤਾਵਨੀ, ਮੇਰਾ ਮਸ਼ਵਰਾ, ਮੇਰੀ ਗੁਜ਼ਾਰਿਸ਼ ਤੁਹਾਨੂੰ ਇਹੀ ਹੈ ਕਿ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈਣੀ ਹੈ। ਸਾਡਾ ਕੋਈ ਵੀ ਮੋਟਿਵ ਕਿਸੇ ਤਰ੍ਹਾਂ ਦਾ ਤੁਹਾਨੂੰ ਇਲਾਜ ਦੱਸਣਾ ਨਹੀਂ ਹੁੰਦਾ, ਸਗੋਂ ਤੁਹਾਨੂੰ ਕੁਦਰਤ ਦੀ ਤਾਕਤ ਤੋਂ ਰੂਬਰੂ ਕਰਵਾਉਣਾ ਹੁੰਦਾ। ਔਰ ਕਈ ਵਾਰ ਹੁੰਦਾ ਕਿ ਆਪਣੀ ਮਰਜ਼ੀ ਨਾਲ ਲਿਆ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਕਰ ਸਕਦਾ। ਧੰਨਵਾਦ।